ਉਹ ਬਿਲਕੁਲ ਗਲਤ ਹੈ ਜੀ, ਬਿਲਕੁਲ ਹੀ ਇਹਦੇ ਹੀ ਅਸੀਂ ਨਿਖੇਧੀ ਕਰਦੇ ਹਾਂ। ਕਿਸੇ ਵੀ ਪਰਿਵਾਰ ਦੀ ਪ੍ਰਾਈਵੇਟ ਜਿਹੜੀ ਸੇਫਟੀ ਉਹਨੇ ਉਹਨੂੰ ਦੇਖਣਾ ਚਾਹੀਦਾ। ਉਹਨੂੰ ਔੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ, ਅਸੀਂ ਬੋਲ ਵੀ ਦਿੰਦੇ ਹਾਂ, ਪਛਤਾਉਣੇ ਵੀ ਹੈ, ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ। ਹੁਣ ਇਹਨਾਂ ਨੇ ਮਜਬੂਰ ਕਰਤਾ, ਅਸੀਂ ਬੋਲਣਾ ਨਹੀਂ ਚਾਹੁੰਦੇ, ਨਾ ਹੀ ਬਾਈ ਬਲਕੌਰ ਸਿੰਘ ਹੋਰੀ ਇਸ ਚੀਜ਼ 'ਤੇ ਕੋਈ ਬੋਲਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਬੋਲਾਂਗੇ ਇਹ ਗੱਲ ਵਧੂਗੀ, ਇਹਦਾ ਵਧਾਉਣ ਦਾ ਕੋਈ ਤੁੱਕ ਨਹੀਂ ਹੈਗੀ। ਐਡਾ ਵੱਡਾ ਮਸਲਾ ਯਾਰ, ਇੰਨੀ ਉਹਨਾਂ ਨੂੰ ਥਰੈਟ ਆ ਰਹੇ ਆ ਕਿ ਬੋਲਣ ਵਾਲੇ ਨੂੰ ਸ਼ਰਮ ਹੀ ਨਹੀਂ ਆਈ ਯਾਰ, ਮੈਂ ਕੀ ਕਰ ਰਿਹਾ ਅਤੇ ਮੈਂ ਕਿਹੜੀ ਪੱਤਰਕਾਰਤਾ ਕਰ ਰਿਹਾ, ਕਿਹੜੇ ਪਾਸੇ ਨੂੰ ਸਾਡੀ ਇਹ ਪੱਤਰਕਾਰਤਾ, ਕੀ ਸਾਨੂੰ ਇਹ ਕਿਹੜੇ ਸਾਡੇ ਸਮਾਜ ਨੂੰ ਕਿਹੜੀ ਸੇਧ ਦੇ ਰਹੇ ਆ, ਕੀ ਇਹ ਪੰਜਾਬ ਦੇ ਮੁੱਦੇ ਆ। ਇਹਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰ ਕੋਈ ਬੱਚਾ ਹੋਵੇ, ਸਾਰੇ ਖੁਸ਼ੀਆਂ ਭਰਿਆ ਦਿਨ ਜਿਹੜਾ ਦੁਬਾਰਾ ਆਵੇ, ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਯਾਰ ਕੱਲ੍ਹ ਨੂੰ ਉਹ ਦਵਾਈ ਲੈਣ ਜਾਣ, ਕਿਸੇ ਹੋਰ ਕਾਰਨ ਕਰਕੇ ਕੋਈ ਬੁਖਾਰ ਹੋ ਗਿਆ, ਕੋਈ ਸਿਰ ਦੁੱਖ ਗਿਆ, ਅਤੇ ਉਹ ਸਿੱਧੂ ਦੇ ਡੈਡੀ ਦੇ ਸਟੰਟ ਪਏ ਹੋਏ ਆ, ਸਾਰਾ ਸਰੀਰ ਦੇ ਵਿੱਚ ਸਟੀਲ ਹੀ ਸਟੀਲ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਹੈ। ਹੋਸਪਿਟਲ ਜਾਣਾ ਪੈਂਦਾ, ਉੱਥੇ ਕੀ ਇਹ ਕੈਮਰੇ ਲੈ ਕੇ ਆ ਜਾਣਗੇ ਜੀ, ਕੀ ਹੋ ਗਿਆ। ਥੋੜ੍ਹੀ ਸ਼ਰਮ ਵਰਤਣੀ ਚਾਹੀਦੀ ਹੈ, ਥੋੜ੍ਹੀ ਜਿਹੀ ਇਸ ਚੀਜ਼ ਤੋਂ ਸੋਚ ਲੈਣੀ, ਸੇਧ ਲੈਣੀ ਚਾਹੀਦੀ ਹੈ ਵੀ ਪੱਤਰਕਾਰ ਤਾਂ ਕਿਸ ਚੀਜ਼ ਦਾ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਬਹੁਤ ਸਾਰੇ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਨਹੀਂ ਆਉਂਦੇ, ਕਦੇ ਵੀ ਇੱਦਾਂ ਦੀ ਉਹ ਗੱਲ ਕਰਦੇ ਹੁੰਦੇ। ਇਹਨਾਂ ਨੂੰ ਸ਼ਰਮ ਦਾ ਘਾਟਾ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ। ਜਿਹੜੀ ਪੱਤਰਕਾਰ 'ਤੇ ਨੇ ਸ਼ਰਮ ਹੀ ਲਾ ਲਈ ਜਮਾਂ, ਸੰਘ ਹੀ ਰਹਿ ਗਈ ਜਮਾਂ, ਮਤਲਬ ਜਿਹੜੇ ਬਹੁਤ ਸਾਰੇ ਤੁਹਾਡੇ ਵਰਗੇ ਪੱਤਰਕਾਰ ਚੰਗੇ ਵੀ ਹੈਗੇ ਨੇ, ਜਿਹੜੇ ਕਿ ਸਾਡਾ ਪਰਿਵਾਰ ਦਾ ਸਾਥ ਵੀ ਦਿੰਦੇ ਨੇ, ਉਹਨਾਂ ਦੀਆਂ ਅੱਖਾਂ ਪੂੰਝਦੇ ਨੇ। ਅਤੇ ਜਿਹੜੇ ਟੁੱਕਟਾਰ ਪੱਤਰਕਾਰਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹਨਾਂ ਕੋਲ ਖਬਰਾਂ ਚਲਾਈਆਂ ਉਹਨਾਂ ਨੇ ਡੀਟ ਕਰ ਦਿਉ, ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਤੁਹਾਡੇ ਤੁਹਾਨੂੰ ਖਿੱਚਣਾ ਪਊਗਾ, ਤਾਂ ਅਸੀਂ ਬੇਨਤੀ ਕਰਦੇ ਮੈਨੂੰ ਛੇਤੀ ਕੋਈ ਡਿਲੀਟ ਮਾਰ ਦਿਉ। ਪਰਿਵਾਰ ਨੂੰ ਬਹੁਤ ਵੱਡਾ ਕੱਲ੍ਹ ਦਾ ਮਤਲਬ ਦੁੱਖ ਹੈ ਇਸ ਗੱਲ ਦਾ, ਤਾਂ ਜਿਹਨਾਂ ਜਿਹਨਾਂ ਨੇ ਇਹ ਚਗਲ ਆਪਣਾ ਕੀਤਾ ਹੈ ਤਾਂ ਉਹ ਇਸ ਖਮਾਜਾ ਭੁਗਤ ਲੈਣਗੇ, ਫਿਰ ਆਪਣੇ ਬਾਜ਼ ਆ ਜਾਓ ਕੰਮਾਂ ਤੋਂ। ਤਾਂ ਅਸੀਂ ਬੇਨਤੀ ਨਾਲ ਵੀ ਕਰਾਂਗੇ, ਜੇ ਤੁਸੀਂ ਉਸ ਪਰਿਵਾਰ ਦੀ ਇਹ ਦਿਖਾ ਸਕਦੇ ਹੋ ਤਾਂ ਆਪਦੇ ਪਰਿਵਾਰ ਦਾ ਵੀ ਦਿਖਾ ਦਿਉ ਵੀ ਸਾਡੀ ਮੇਰੀ ਘਰਵਾਲੀ ਨੂੰ ਕਿਵੇਂ ਮਹੀਨਾ ਲੱਗਿਆ ਜਾਂ ਤੇਰੀ ਭੈਣ ਨੂੰ ਕਿਹੜਾ ਮਹੀਨਾ ਲੱਗਿਆ, ਉਹ ਵੀ ਸੋਸ਼ਲ 'ਤੇ ਕਰ ਦਿਉ, ਫਿਰ ਅਸੀਂ ਮੰਨ ਲਾਂਗੇ ਹਾਂ ਠੀਕ ਹੈ ਓਕੇ ਹੈ। ਉਹ ਬਿਲਕੁਲ ਗਲਤ ਹੈ ਜੀ, ਬਿਲਕੁਲ ਹੀ ਇਹਦੇ ਹੀ ਅਸੀਂ ਨਿਖੇਧੀ ਕਰਦੇ ਹਾਂ। ਕਿਸੇ ਵੀ ਪਰਿਵਾਰ ਦੀ ਪ੍ਰਾਈਵੇਟ ਜਿਹੜੀ ਸੇਫਟੀ ਉਹਨੇ ਉਹਨੂੰ ਦੇਖਣਾ ਚਾਹੀਦਾ, ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸੋਸ਼ਲ ਮੀਡੀਆ 'ਤੇ ਚਲਾਉਣਾ ਚਾਹੀਦਾ। ਇਹ ਜਿਹੜੇ ਟੁੱਕੜ ਵੱਟ ਪੱਤਰਕਾਰ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਪਦੀ ਭੈਣ ਦੀ ਜਾਂ ਕਿਸੇ ਦੀ ਹੋਰ ਕੋਈ ਇਹ ਖਬਰ ਚਲਾ ਸਕਦੇ ਆ ਵੀ ਅਸੀਂ ਸਾਡੀ ਭੈਣ ਨੂੰ ਤੀਜਾ ਮਹੀਨਾ ਲੱਗ ਗਿਆ, ਸਾਡੀ ਮਾਤਾ ਨੂੰ ਚੌਥਾ ਲੱਗ ਗਿਆ, ਸਾਡੀ ਘਰਵਾਲੀ ਨੂੰ ਪੰਜਵਾਂ ਲੱਗ ਗਿਆ, ਕੀ ਇੱਦਾਂ ਦੀ ਖਬਰਾਂ ਚਲਾ ਦੇਣਗੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਸ਼ਰਮ ਦੀ ਗੱਲ ਹੁੰਦੀ ਹੈ, ਸ਼ਰਮ ਇਹਨਾਂ ਨੂੰ ਹੈ ਨਹੀਂ। ਠੀਕ ਹੈ ਸਾਨੂੰ ਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ, ਅਸੀਂ ਬੋਲ ਵੀ ਦਿੰਦੇ ਹਾਂ, ਪਛਤਾਉਣੇ ਵੀ ਹੈ, ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ। ਹੁਣ ਇਹਨਾਂ ਨੇ ਮਜਬੂਰ ਕਰਤਾ, ਅਸੀਂ ਬੋਲਣਾ ਨਹੀਂ ਚਾਹੁੰਦੇ, ਨਾ ਹੀ ਬਾਈ ਬਲਕੌਰ ਸਿੰਘ ਹੋਰੀ ਇਸ ਚੀਜ਼ 'ਤੇ ਕੋਈ ਬੋਲਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਬੋਲਾਂਗੇ ਇਹ ਗੱਲ ਵਧੂਗੀ, ਇਹਦਾ ਵਧਾਉਣ ਦਾ ਕੋਈ ਤੁੱਕ ਨਹੀਂ। ਅਸੀਂ ਤਾਂ ਸਿਰਫ ਇੰਨੀ ਬੇਨਤੀ ਕਰਦੇ ਹਾਂ ਵੀ ਜਿਹਨੇ ਵੀ ਇਹ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ, ਜਿਹੜੀ ਕੋਈ ਗੱਲ ਉਹ ਆਊਗੀ ਜਾਂ ਸਾਹਮਣੇ ਆਊਗੀ ਉਹ ਥਮਾ ਆਉਣ 'ਤੇ ਆਜੂਗੀ, ਸਭ ਨੂੰ ਪਤਾ ਲੱਗ ਜੂਗਾ। ਬਿਨਾਂ ਤੁੱਕੀਆਂ ਬੇਮਤਲਬੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀਆਂ ਚਾਹੀਦੀਆਂ।